ਦੋਸਤੋ ਦਲਜੀਤ ਦੋਸਾਂਝ ਨੇ ਵੀ ਇਸ ਵੇਲੇ ਸਿਰਾ ਕਰਾਇਆ ਪਿਆ ਹੈ। ਕੋਲਕਾਤਾ ਦੇ ਵਿੱਚ ਦਲਜੀਤ ਦੋਸਾਂਝ ਦਾ ਲਾਈਵ ਕੰਸਰਟ ਹੋਇਆ, ਉੱਥੋਂ ਦੀ ਸਟੇਜ ਤੋਂ ਦਲਜੀਤ ਦੋਸਾਂਝ ਨੇ ਕੁਝ ਇਹੋ ਜਿਹਾ ਕਹਿ ਦਿੱਤਾ ਜਿਸ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਟਵੀਟ ਕਰਨਾ ਪਿਆ ਦਲਜੀਤ ਵਾਸਤੇ। ਇਹੋ ਜਿਹਾ ਕੀ ਦਲਜੀਤ ਦੋਸਾਂਝ ਨੇ ਕਹਿ ਦਿੱਤਾ ਉਹ ਵੀ ਜ਼ਰੂਰ ਦੇਖੋ, ਅਤੇ ਸ਼ਾਹਰੁਖ ਖਾਨ ਨੇ ਕੀ ਟਵੀਟ ਕੀਤਾ ਉਹ ਵੀ ਜ਼ਰੂਰ ਦੇਖੋ, ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ ਦੇ ਵਿੱਚ। ਬਾਕੀ ਦੋਸਤੋ ਹੁਣੇ ਹੁਣੇ ਇੱਕ ਖਬਰ ਆਈ ਆ, ਅਪਡੇਟ ਆਈ ਆ, ਸਿੱਧੂ ਮੂਸੇਵਾਲੇ ਦੇ 100 ਮਿਲੀਅਨ ਵਿਊਜ਼ ਕੰਪਲੀਟ ਹੋ ਚੁੱਕੇ ਨੇ। ਈਸਾ ਜੱਟ ਸੌਂਗ 'ਤੇ 1 ਮਿਲੀਅਨ ਲਾਈਕ ਆ ਚੁੱਕੇ ਨੇ ਦੋਸਤੋ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਆ। ਇਹ ਉਸ ਸਮੇਂ ਦੀ ਗੱਲ ਆ ਦੋਸਤੋ ਜਦੋਂ ਸਿੱਧੂ ਮੂਸੇਵਾਲ ਨੇ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਸੀ, ਅਤੇ ਉਹ ਤੋਂ ਬਾਅਦ ਤਾਂ ਫਿਰ ਰੁਕਿਆ ਨਹੀਂ, ਹਨੇਰੀ ਲਿਆਤੀ। ਇਹ ਸਿੱਧੂ ਦੇ ਕੈਰੀਅਰ ਦੇ ਸਟਾਰਟਿੰਗ ਦੇ ਡੇਜ਼ ਨੇ ਦੋਸਤੋ। ਜਿਹੜੇ ਜੀ ਵੈਗਨ ਗਾਣੇ ਤੋਂ ਸਿੱਧੂ ਮੂਸੇਵਾਲ ਨੂੰ ਦੇਖ ਰਹੇ ਨੇ ਉਹ ਸਮਝ ਸਕਦੇ ਨੇ ਇਹ ਫੀਲਿੰਗ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਕੋਂਗਰੈਚੁਲੇਸ਼ਨਸ ਟੂ ਸਿੱਧੂ ਫੈਨਸ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਅਤੇ ਸਿੱਧੂ ਨੂੰ ਸਟ੍ਰੀਮ ਕਰੋ। ਸਪੋਟੀਫਾਈ ਰੈਪ ਅਪ ਆਉਣ ਵਾਲਾ ਹੈ।